ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਦਿਨੀ ਐਲੀ ਮੰਗੜ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ। 2 ਦਿਨਾਂ ਤੋਂ ਬਾਅਦ ਜਾਣੀ ਕੱਲ੍ਹ ਫਿਰ ਐਲੀ ਮੰਗੜ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਰੰਮੀ ਰੰਧਾਵਾ ਆਪਣੇ ਫਲੈਟ ਵਿੱਚੋਂ ਕੱਲ੍ਹ ਦੇ ਹੀ ਫਰਾਰ ਦੱਸੇ ਜਾ ਰਹੇ ਹਨ ਤੇ ਮੋਹਾਲੀ ਪੁਲਿਸ ਵੱਲੋਂ ਰੰਮੀ ਰੰਧਾਵਾ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਭ ਤੋਂ ਬਾਅਦ ਜਿੱਥੇ ਐਲੀ ਮੰਗੜ ਦੇ ਫੈਨਸ ਵੱਲੋਂ ਰੰਮੀ ਰੰਧਾਵਾ ਦੀ ਘਰੋਂ ਭੱਜ ਜਾਣ ਤੇ ਕਾਫ਼ੀ ਨਿੰਦਿਆ ਕੀਤੀ ਜਾ ਰਹੀ ਹੈ, ਇਸ ਦੇ ਉਲਟ ਪੰਡਿਤ ਰਾਓ ਇੱਕ ਬੈਨਰ ਆਪਣੇ ਸਿਰ ਤੇ ਰੱਖ ਘੁੰਮਦੇ ਦਿਖਾਈ ਦੇ ਰਹੇ ਹਨ। ਜਿਸ ਬੈਨਰ ਉੱਪਰ ਲਿਖਿਆ ਕਿ ਐਲੀ ਮੰਗੜ ਜੀ, ਬਾਬਾ ਨਾਨਕ ਜੀ ਦੀ ਬਾਣੀ ਗਾਓ, ਸਾਰੇ ਪਾਪ ਧੋਤੇ ਜਾਣਗੇ। ਸਾਰੇ ਗਾਇਕ ਜੋ ਗਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਂਦੇ ਨੇ ਉਹਨਾਂ 'ਤੇ ਵੀ ਲਾਗੂ ਹੁੰਦੀ ਹੈ। ਅੱਜ ਕੱਲ੍ਹ ਜਿਹੜੇ 2 ਦਿਨਾਂ ਤੋਂ ਜੋ ਕਾਰਵਾਈ ਹੋ ਰਹੇ ਨੇ, ਮੈਂ ਬਹੁਤ ਸਾਰੇ ਗਾਇਕ ਜੋ ਗਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਂਦੇ ਨੇ ਉਹਨਾਂ 'ਤੇ ਵੀ ਲਾਗੂ ਹੁੰਦੀ ਹੈ। ਅੱਜ ਕੱਲ੍ਹ ਜਿਹੜੇ 2 ਦਿਨਾਂ ਤੋਂ ਜੋ ਕਾਰਵਾਈ ਹੋ ਰਹੇ ਨੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ DGP ਪੰਜਾਬ ਨੂੰ, ਜਿਨ੍ਹਾਂ ਨੇ ਬਹੁਤ ਕਮਾਲ ਦੇ ਕੰਮ ਕਰਦੇ ਹੋਏ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਹਰ ਪੱਖ 'ਤੇ ਕੰਮ ਕਰ ਰਹੇ ਨੇ। ਭਾਵੇਂ ਉਹ ਗਾਇਕ ਹੋਵੇ, ਭਾਵੇਂ ਗੈਂਗਸਟਰ ਹੋਵੇ, ਭਾਵੇਂ ਕੋਈ ਵੀ ਹੋਵੇ, ਹਰ ਥਾਂ 'ਤੇ ਕੰਮ ਚੱਲਦਾ ਪਿਆ। ਮਾਨਯੋਗ ਮੁੱਖ ਮੰਤਰੀ ਪੰਜਾਬ, ਮਾਨਯੋਗ DGP ਸਾਹਿਬ ਅਤੇ ਮੋਹਾਲੀ ਦੇ SSP ਚਹਿਲ ਸਾਹਿਬ ਵਧੀਆ ਕੰਮ ਕਰ ਰਹੇ ਨੇ। ਇਹੋ ਜਿਹਾ ਲੱਚਰ ਸ਼ਰਾਬੀ ਹਥਿਆਰੀ ਗਾਣੇ ਗਾਉਣ 'ਤੇ ਕੋਈ ਵੀ ਗਾਇਕ ਦੇ ਖਿਲਾਫ਼ ਕਾਰਵਾਈ ਹੋਏਗੀ। ਇਹਨਾਂ ਨੂੰ 2 ਦਿਨ ਦੀ ਰਿਮਾਂਡ ਮਿਲੀ, ਉਹਨਾਂ ਨੂੰ ਸਮਝਾ ਜਾਣਗੇ, ਉਹਨਾਂ ਨੂੰ ਸਮਝਾਇਆ ਜਾਵੇਗਾ। ਜੇਕਰ ਤੁਸੀਂ ਬਹੁਤ ਕੁਝ ਗਾਣਾ ਗਾਓਗੇ, ਤੁਹਾਡੀ ਦੇ ਖਿਲਾਫ਼ ਹੋਰ ਕਾਰਵਾਈ ਹੋ ਸਕਦੀ ਹੈ। ਨਾ ਸਿਰਫ ਐਲੀ ਮੰਗੜ ਸਰ, ਕਰਨ ਔਜਲਾ, ਐਲੀ ਮੰਗੜ ਦੇ ਨਾਲ ਨਾਲ, ਐਲੀ ਮੰਗੜ ਦੇ ਨਾਲ ਨਾਲ ਕਰਨ ਔਜਲਾ, ਸਿੰਘਾ, ਆਰਨੇਟ ਵਰਗੇ ਲੋਕ, ਜਸਮਿਨ ਸੈਂਡਲਸ ਵਰਗੇ ਲੋਕ ਵੀ ਬੈਠੇ ਨੇ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋਏਗੀ। ਪੰਜਾਬੀ ਗੱਭਰੂ ਹਰਕ੍ਰਿਤ ਸਿੰਘ ਉਰਫ ਐਲੀ ਮੰਗੜ, ਮੇਰੇ ਗੁਰੂ ਦੀ ਇੱਕ ਜ਼ਫਰਨਾਮਾ, ਮੈਂ ਮੁਲਾਕਾਤ ਕਰਾਂਗਾ, ਇਹ ਜ਼ਫਰਨਾਮਾ ਦੇਵਾਂਗਾ। ਇਸ ਤੋਂ ਇਲਾਵਾ ਇਹ ਵਿਸ਼ੇਸ਼ ਪੁਰਸਕਾਰ ਮਿਲਿਆ ਸੀ ਮੈਨੂੰ ਪੰਜਾਬ ਸਾਹਿਤ ਅਕਾਡਮੀ ਤੋਂ, ਪੰਜਾਬ ਵਿਭਾਗ ਤੋਂ, ਇਹ ਵੀ ਦੇਵਾਂਗਾ। ਇਸ ਤੋਂ ਇਲਾਵਾ 35 ਰੁਪਏ ਲੈ ਕੇ ਘੁੰਮਦਾ ਹੈ ਮੈਂ, ਕਿਉਂ ਕਿ 35 ਵਿਰਾਸਤ ਹੈ, ਇਹ 35 ਅੱਖਰ ਹੈ, ਇਸ ਦੀ ਸਨਮਾਨ ਕਰਨ ਦੀ ਲੋੜ ਹੈ। ਹਰਕੀਰਤ ਸਿੰਘ ਉਰਫ ਐਲੀ ਮੰਗੜ ਨੂੰ ਮੈਂ ਜ਼ਰੂਰ ਮਿਲਾਂਗਾ ਅਤੇ ਇਹ ਸਾਰੇ ਤੋਹਫ਼ਾ ਦੇਵਾਂਗਾ ਕਿ ਵੀਰੇ, ਤੁਸੀਂ ਇਹੋ ਜਿਹਾ ਲੱਚਰ ਸ਼ਰਾਬ ਹਥਿਆਰ ਗਾਣੀ ਛੱਡੋ, ਬਾਬਾ ਨਾਨਕ ਦੀ ਬਾਣੀ ਗਾਓ, ਸਾਰੇ ਪਾਪ ਧੋ ਜਾਣਗੇ। ਪੰਡਿਤ ਰਾਓ ਉਹੀ ਵਿਅਕਤੀ ਹਨ ਜਿਹੜੇ ਪਹਿਲਾਂ ਸੁਨੰਦਾ ਸ਼ਰਮਾ, ਸਿੱਧੂ ਮੂਸੇਵਾਲਾ, ਕਰਨ ਔਜਲਾ ਅਤੇ ਹੋਰ ਕਈ ਸਿੰਗਰਾਂ ਬਾਰੇ ਵੀ ਕਾਫ਼ੀ ਕੁਝ ਬੋਲ ਚੁੱਕੇ ਹਨ ਅਤੇ ਉਹ ਇਹ ਕਹਿੰਦੇ ਵੀ ਦਿਖਾਈ ਦਿੰਦੇ ਹਨ ਕਿ ਇਹ ਸਾਰੇ ਸਿੰਗਰ ਲੱਚਰ ਗਾਇਕੀ ਨੂੰ ਪ੍ਰਮੋਟ ਕਰ ਰਹੇ ਹਨ। ਇਸ ਸੰਬੰਧੀ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਰੰਮੀ ਰੰਧਾਵਾ ਅਤੇ ਐਲੀ ਮੰਗੜ ਵਿੱਚੋਂ ਕਿਹੜਾ ਸਿੰਗਰ ਸਹੀ ਲੱਗਦਾ ਹੈ ਅਤੇ ਤੁਸੀਂ ਕਿਸ ਦੇ ਹੱਕ ਵਿੱਚ ਹੋ। ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।